ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌਂਡ ਮਹੱਲਾ ਪੰਜਵਾਂ। ਧੂਪ ਦੀਪ ਸੇਵਾ ਗੋਪਾਲ, ਅਨੇਕ ਬਾਰ ਬੰਦਨ ਕਰਤਾਰ। ਪ੍ਰਭ ਕੀ ਸਰਣ ਗਹੀ ਸਭ ਤਿਆਗ, ਗੁਰ ਸੁਪ੍ਰਸੰਨ ਭਏ ਵਡ ਭਾਗ। ਧੂਪ ਦੀਪ ਸੇਵਾ ਗੋਪਾਲ, ਅਨੇਕ ਬਾਰ ਬੰਦਨ ਕਰਤਾਰ। ਪ੍ਰਭ ਕੀ ਸਰਣ ਗਹੀ ਸਭ ਤਿਆਗ, ਗੁਰ ਸੁਪ੍ਰਸੰਨ ਭਏ ਵਡ ਭਾਗ। ਆਠ ਪਹਿਰ ਗਾਈਐ ਗੋਬਿੰਦ, ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ। ਰਹਾਉ ਹਰ ਗੁਣ ਰਮਤ ਭਏ ਆਨੰਦ, ਪਾਰ ਬ੍ਰਹਮ ਪੂਰਨ ਬਖਸੰਦ। ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁਖ ਮੇਟ ਮਿਲਾਏ। ਕਰਮ ਧਰਮ ਇਹ ਤਤ ਗਿਆਨ, ਸਾਧ ਸੰਗ ਜਪੀਐ ਹਰ ਨਾਮ। ਸਾਗਰ ਤਰਿਆ ਬੋਹਿਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨ। ਰਾਖ ਲਿਏ ਆਪਣੀ ਕਿਰਪਾ ਧਾਰ, ਪੰਚ ਦੂਤ ਭਾਗੇ ਬਿਕਰਾਲ। ਜੂਐ ਜਨਮ ਨਾ ਕਬਹੂੰ ਹਾਰ, ਨਾਨਕ ਕਾ ਅੰਗ ਕੀਆ ਕਰਤਾਰ। ਰਾਖ ਲਿਏ ਆਪਣੀ ਕਿਰਪਾ ਧਾਰ, ਪੰਚ ਦੂਤ ਭਾਗੇ ਬਿਕਰਾਲ। ਜੂਐ ਜਨਮ ਨਾ ਕਬਹੂੰ ਹਾਰ, ਨਾਨਕ ਕਾ ਅੰਗ ਕੀਆ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌਂਡ ਮਹੱਲਾ ਪੰਜਵਾਂ। ਇਹ ਭਾਈ ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਦਿਖਾਉਂਦੇ ਹਨ ਅਤੇ ਦੀਵੇ ਬਾਲਦੇ ਹਨ। ਪਰ ਜਿਸ ਮਨੁੱਖ ਉੱਤੇ ਵੱਡੀ ਕਿਸਮਤ ਨਾਲ ਗੁਰੂ ਮਿਹਰਬਾਨ ਹੋ ਪਏ, ਉਹ ਧੂਪ ਦੀਪ ਆਦਿ ਕਵਾਲੀ ਸਾਰੀ ਕਿਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ, ਪਰਮਾਤਮਾ ਦੇ ਦਰ 'ਤੇ ਹਰ ਵੇਲੇ ਸਿਰ ਨਿਵਾਉਂਦਾ ਹੈ। ਪਰਮਾਤਮਾ ਦੇ ਦਰ 'ਤੇ ਹਰ ਵੇਲੇ ਸਿਰ ਨਵਾਉਣਾ, ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ਧੂਪ ਦੀਪ ਦੀ ਕਿਰਿਆ ਹੈ। ਇਹ ਭਾਈ ਜਿਸ ਪਰਮਾਤਮਾ ਦਿੱਤਾ ਹੋਇਆ ਸਾਡਾ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ, ਉਸਦੀ ਸਿਫਤ ਸਲਾਹ ਅੱਠੇ ਪਹਿਰ ਹਰ ਵੇਲੇ ਕਰਨੀ ਚਾਹੀਦੀ ਹੈ। ਰਹਾਓ ਇਹ ਭਾਈ ਪਰਮਾਤਮਾ ਮਿਹਰ ਕਰਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿੱਚ ਜੋੜਦਾ ਹੈ। ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ।
ਸਰਵਵਿਆਪਕ ਬਖਸ਼ੰਦ ਪਰਮਾਤਮਾ ਦੇ ਗੁਣ ਗਾਉਂਦਿਆਂ ਆਨੰਦ ਬਣਿਆ ਰਹਿੰਦਾ ਹੈ। ਇਹ ਭਾਈ ਗੁਰੂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ। ਹੇ ਭਾਈ, ਸਭ ਦੇ ਦਿਲ ਦੀ ਜਾਣਨ ਵਾਲਾ ਅਤੇ ਜਗਤ ਦੇ ਪੈਦਾ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘ। ਹੇ ਭਾਈ, ਪ੍ਰਭੂ ਆਪਣੀ ਮਿਹਰ ਕਰਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ, ਕਮਾਦਿਕ ਪੰਚੇ ਡਰਾਉਣੇ ਵੈਰੀ ਉਹਨਾਂ ਦਿਓਂ ਪਰੇ ਭੱਜ ਜਾਂਦੇ ਹਨ। ਹੇ ਨਾਨਕ, ਜਿਸ ਵੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ, ਉਹ ਮਨੁੱਖ ਵਿਕਾਰਾਂ ਦੇ ਜੂਏ ਵਿੱਚ ਆਪਣੇ ਜੀਵਨ ਕਦੇ ਵੀ ਗਵਾਉਂਦਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।